ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਿਸ਼ਾ ਅਪਡੇਟ ਨਿਊਜ਼। ਮੈਂ ਤੁਹਾਡੇ ਨਾਲ ਮਨਪ੍ਰੀਤ ਕੌਰ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਕਟਹਿਰੇ ਦੇ ਵਿੱਚ ਸਿਆਸਤਦਾਨ। ਅੱਜ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਬਾਰੇ। ਉਹ ਸ਼੍ਰੋਮਣੀ ਅਕਾਲੀ ਦਲ ਜਿਸਨੇ ਪੰਜਾਬ ਦੀ ਸਿਆਸਤ ਵਿੱਚ ਲੰਬਾ ਸਮਾਂ ਸੱਤਾ ਹੰਢਾਈ ਅਤੇ ਅੱਜ ਉਸੇ ਪਾਰਟੀ ਨੂੰ ਆਪਣੀ ਹੋਂਦ ਦੀ ਲੜਾਈ ਲੜਨੀ ਪੈ ਰਹੀ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਲੋਕਾਂ ਦੇ ਸਵਾਲਾਂ ਦੇ ਕਟਹਿਰੇ ਦੇ ਵਿੱਚ ਕਰਨੈਲ ਸਿੰਘ ਪੀਰ ਮੁਹੰਮਦ ਬੁਲਾਰੇ, ਸ਼੍ਰੋਮਣੀ ਅਕਾਲੀ ਦਲ। ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦਿਸ਼ਾ ਅਪਡੇਟ ਨਿਊਜ਼। ਧੰਨਵਾਦ। ਸਮੇਂ ਸਮੇਂ 'ਤੇ ਲਿਫਾਫਾ ਕਲਚਰ ਦੇ ਬਾਰੇ ਗੱਲਬਾਤ ਚੱਲਦੀ ਰਹੀ ਹੈ ਤਾਂ ਮੰਨਿਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਲਿਫਾਫਾ ਕਲਚਰ ਨੇ ਬਹੁਤ ਹੀ ਜ਼ਿਆਦਾ ਨੁਕਸਾਨ ਕੀਤਾ ਹੈ। ਕਿ ਤੁਸੀਂ ਇਹ ਗੱਲ ਮੰਨਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲਿਫਾਫਾ ਕਲਚਰ ਸੀ ਜਾਂ ਹੈ? ਦੇਖੋ, ਹਰ ਪਾਰਟੀ ਦਾ ਆਪਣਾ ਇੱਕ ਡੈਕੋਰਮ ਹੁੰਦਾ, ਕੋਈ ਲਿਫਾਫਾ ਕਲਚਰ ਨਹੀਂ। ਇਹਨੂੰ ਆਪਾਂ ਜੇ ਸਿੱਧੇ ਰੂਪ ਵਿੱਚ ਸਮਝਣਾ ਇਹ ਹੋਵੇ ਕਿ ਜਦੋਂ ਇੱਕ ਵੱਡੇ ਦਾਇਰੇ ਦੇ ਵਿੱਚ ਪਾਰਟੀ ਨੇ ਕੋਈ ਡਿਸੀਜਨ ਲੈਣਾ ਹੁੰਦਾ ਤਾਂ ਤੁਸੀਂ ਦੇਖੋ ਕਿ ਉਸ ਦੇ ਸਾਹਮਣੇ ਇਸ ਗੱਲ ਦਾ ਹੁੰਦਾ ਹੈ ਕਿ ਜਦੋਂ ਇੱਕ ਸਰਬਸੰਮਤੀ ਨਾਲ ਕਿਸੇ ਦੀ ਨਿਯੁਕਤੀ ਕਰਨੀ ਹੁੰਦੀ ਹੈ ਤਾਂ ਉਸ ਦੇ ਲਈ ਇੱਕ ਪਹਿਲਾਂ ਤੋਂ ਤੈਅ ਕੇ ਕਰ ਲਿਆ ਜਾਂਦਾ ਕਿ ਇਸ ਵਿਅਕਤੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਣੀ ਹੈ ਤਾਂ ਉਸ ਦੇ ਲਈ ਇੱਕ ਫਿਰ ਤਾਇਦ ਮਜਾਇਦ ਕਰਨ ਵਾਸਤੇ ਇੱਕ ਪ੍ਰਬੰਧ ਕੀਤਾ ਜਾਂਦਾ ਕਿ ਆਹ ਬੰਦਾ ਜਿਹੜਾ ਹੈ ਇਹਦੀ ਨਿਯੁਕਤੀ ਹੋਣੀ ਚਾਹੀਦੀ ਹੈ ਤਾਂ ਆਹ ਜਿਹੜੀ ਪਾਰਟੀ ਇਹਨੂੰ ਨਿਯੁਕਤ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਫਿਰ ਇਹ ਪਿਛਲੇ ਸਮੇਂ ਦੇ ਵਿੱਚ ਉਹ ਲੋਕ ਜਿਹੜੇ ਖੁਦ ਉਸੇ ਹੀ ਤਰੀਕੇ ਨਾਲ ਬਣਦੇ ਰਹੇ, ਜਿਵੇਂ ਹੁਣ ਬੀਬੀ ਜਗੀਰ ਕੌਰ ਨੇ ਲਿਫਾਫਾ ਕਲਚਰ ਦੀ ਗੱਲ ਕੀਤੀ ਪਰ ਬੀਬੀ ਜਗੀਰ ਕੌਰ ਵੀ ਇਸੇ ਢੰਗ ਦੇ ਨਾਲ ਹੀ ਬਣਦੇ ਰਹੇ ਨੇ। ਉਹਨਾਂ ਲਈ ਕੋਈ ਵੱਖਰਾ ਲਿਫਾਫਾ ਤਾਂ ਹੈ ਨਹੀਂ ਸੀ। ਉਹ ਕੀ ਹੁੰਦਾ ਕਿ ਪਾਰਟੀ ਪ੍ਰਧਾਨ ਕਿਸੇ ਬਾਹਰ ਬੈਠੇ ਨੇ, ਪਾਰਟੀ ਨੇ ਕੋਈ ਡਿਸੀਜਨ ਲੈਣਾ ਤਾਂ ਇੱਕ ਕੋਰ ਕਮੇਟੀ ਦੇ ਵਿੱਚ ਫੈਸਲਾ ਲੈ ਲਿਆ ਗਿਆ ਹੁੰਦਾ ਤਾਂ ਉਸ ਨੂੰ ਅੱਗੇ ਜਾ ਕੇ ਇੰਪਲੀਮੈਂਟ ਕਰਾਉਣਾ ਹੁੰਦਾ ਤਾਂ ਫਿਰ ਜਿਹੜੇ ਸੱਜਣਾਂ ਦੀ ਜ਼ਿੰਮੇਵਾਰੀ ਲਾਈ ਜਾਂਦੀ ਹੈ ਉਹ ਜਾ ਕੇ ਕਹਿ ਦਿੰਦੇ ਆ ਕਿ ਇਸ ਵਿਅਕਤੀ ਨੂੰ ਆਪਾਂ ਇਹ ਜ਼ਿੰਮੇਵਾਰੀ ਸੌਂਪ ਰਹੇ ਹਾਂ ਤਾਂ ਉਸ ਦੇ ਲਈ ਫਿਰ ਅੱਗੇ ਜਿਹੜਾ ਪ੍ਰੋਸੈਸ ਜਿਹੜਾ ਸਾਰਾ ਬਣਦਾ। ਸੋ ਉਹਨੂੰ ਲਿਫਾਫਾ ਕਲਚਰ ਦਾ ਨਾਮ ਦੇਣ ਦੀ ਬਜਾਏ ਇਹ ਸੌਖੇ ਤਰੀਕੇ ਨਾਲ ਕਹਿ ਲਿਆ ਜਾਵੇ ਕਿ ਪਾਰਟੀ ਦੇ ਅੰਦਰ ਸਰਬਸੰਮਤੀ ਨਾਲ ਕੋਈ ਵੀ ਫੈਸਲਾ ਲਿਆ ਗਿਆ ਉਹ ਸਾਰਿਆਂ ਦੀ ਇੱਕ ਸਹਿਮਤੀ ਹੁੰਦੀ ਹੈ, ਨਾ ਕਿ ਉਸ ਲਈ ਕੋਈ ਵੱਖਰੀ ਕੋਈ ਠੋਸੀ ਗਈ ਗੱਲ ਹੁੰਦੀ ਹੈ। ਸੋ ਪਿਛਲੇ ਸਮੇਂ ਦੇ ਵਿੱਚ ਜਥੇਦਾਰ ਗੁਰਚਰਨ ਸਿੰਘ ਟੌੜਾ ਵੀ ਬਣਦੇ ਰਹੇ ਆ, ਜਥੇਦਾਰ ਜਗਦੇਵ ਸਿੰਘ ਤਲਵੰਡੀ ਵੀ ਬਣਦੇ ਰਹੇ ਆ, ਕਿਰਪਾਲ ਸਿੰਘ ਬਡੂੰਗਰ ਬਣਦੇ ਰਹੇ ਨੇ, ਬੀਬੀ ਜਗੀਰ ਕੌਰ ਬਣਦੀ ਰਹੀ ਹੈ, ਹੋਰ ਵੀ ਬਹੁਤ ਸਾਰੇ ਆਗੂ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਣੇ ਨੇ। ਸੋ ਇਹ ਆ ਇਹਦਾ ਤਰੀਕਾ। ਜਿਵੇਂ ਕਿ ਸਰ, ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਿੱਤੇ ਗਏ ਬੰਦ ਲਿਫਾਫੇ ਦੇ ਵਿੱਚ ਆਪਣਾ ਜਵਾਬ ਹੈ ਜਿਹੜਾ ਦਿੱਤਾ ਗਿਆ ਤਾਂ ਉਹ ਕਦੋਂ ਤੱਕ ਜਨਤਕ ਹੈ ਜਿਹੜਾ ਉਹ ਕੀਤਾ ਜਾਵੇਗਾ? ਦੇਖੋ, ਪੰਜ ਸਿੰਘ ਸਾਹਿਬਾਨ ਦੀ ਬਹੁਤ ਜਲਦੀ ਮੀਟਿੰਗ ਹੋਣ ਵਾਲੀ ਹੈ, ਸ਼ਾਇਦ 2 ਜਾਂ 3 ਤਰੀਕ ਨੂੰ ਉਹ ਮੀਟਿੰਗ ਬੁਲਾ ਸਕਦੇ ਆ ਜਾਂ ਆਉਣ ਵਾਲੇ ਦਿਨਾਂ 'ਚ ਅਸੀਂ ਹੋਪ ਕਰਦੇ ਹਾਂ ਕਿ ਬਹੁਤ ਜਲਦੀ ਮੀਟਿੰਗ ਹੋਵੇ ਤਾਂ ਉਸ ਮੀਟਿੰਗ ਦੇ ਵਿੱਚ ਜਿਹੜੇ ਦੋਸ਼ ਪਾਰਟੀ ਦੇ ਵਿੱਚੋਂ ਜਿਹੜੇ ਕੁਝ ਸੱਜਣ ਬਾਹਰ ਗਏ ਨੇ ਉਹਨਾਂ ਨੇ ਲਾਏ ਜਾਂ ਜਿਹੜੇ ਕੌਮ ਵੱਲੋਂ ਕੁਝ ਸਵਾਲ ਨੇ ਜਾਂ ਜਿਹੜੇ ਓਪੋਨੈਂਟ ਲੋਕ ਨੇ ਜਿਹੜੇ ਸਾਨੂੰ ਸਵਾਲ ਕਰਦੇ ਆ ਉਹਨਾਂ ਸਾਰਿਆਂ ਸਵਾਲਾਂ ਦਾ ਜਵਾਬ ਜਿਹੜਾ ਹੈ ਉਹ ਇੱਕ ਸਪਸ਼ਟੀਕਰਨ ਦੇ ਰੂਪ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਪੰਜ ਸਿੰਘ ਸਾਹਿਬਾਨ ਨੂੰ ਦੇ ਆਏ ਨੇ ਅਤੇ ਉਸ ਦੇ ਉੱਤੇ ਫੈਸਲਾ ਜਿਹੜਾ ਪੰਜ ਸਿੰਘ ਸਾਹਿਬਾਨ ਨੇ ਕਰਨਾ ਹੈ। ਤਾਂ ਸਰ, ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਲਗਾਤਾਰ ਇਹ ਗੱਲ ਹੈ ਜਿਹੜੀ ਉਹ ਕਹੀ ਜਾ ਰਹੀ ਹੈ ਕਿ ਤੁਹਾਡੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਉੱਤੇ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਨੂੰ ਨਹੀਂ ਮੰਨਦੇ, ਇਹ ਇਲਜ਼ਾਮਬਾਜ਼ੀ ਤੁਹਾਡੇ ਵੱਲੋਂ ਕਿਉਂ? ਨਹੀਂ, ਦੇਖੋ ਇਹ ਆ ਕਿ ਜਿਹੜੇ ਬਾਗੀ ਨੇ ਜਾਂ ਜਿਹੜੇ ਕਹਿੰਦੇ ਨੇ ਕਿ ਅਸੀਂ ਸੁਧਾਰ ਕਰਨਾ ਸ਼੍ਰੋਮਣੀ ਅਕਾਲੀ ਦਲ 'ਚ, ਉਹਨਾਂ ਨੇ ਜਿਹੜੇ ਵੀ ਦੋਸ਼ ਲਾਉਣੇ ਸੀ ਉਹ ਲਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਕੋਲ ਪਹੁੰਚ ਗਏ। ਹੁਣ ਉਹਨਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਫੈਸਲੇ ਦਾ, ਨਾ ਕਿ ਕਿਆਸਰਾਈਆਂ ਲਾਉਣੀਆਂ ਚਾਹੀਦੀਆਂ, ਇੰਜ ਨਹੀਂ ਇੰਜ ਹੋ ਜਾਏਗਾ, ਇੰਜ ਨਹੀਂ ਇੰਜ ਹੋਏਗਾ। ਇਹ ਜੇ ਤੁਸੀਂ ਪਹਿਲਾਂ ਕਿਆਸਰਾਈਆਂ ਲਾ ਰਹੇ ਹੋ, ਹੁਣ ਤੁਸੀਂ ਦੇਖੋ ਕਿਸੇ ਵੀ ਅਦਾਲਤ ਦੇ ਵਿੱਚ ਕੋਈ ਕੇਸ ਚੱਲਦਾ, ਦੁਨਿਆਵੀ ਅਦਾਲਤ ਦੀ ਗੱਲ ਕਰ ਰਿਹਾ, ਤਾਂ ਉੱਥੇ ਵਕੀਲ ਆਪਣੀ
ਬਹਿਸ ਕਰਦੇ ਨੇ, ਆਪਣਾ ਪੱਖ ਰੱਖਦੇ ਨੇ ਦੋਵਾਂ ਧਿਰਾਂ ਦਾ, ਅਤੇ ਉਸ ਤੋਂ ਬਾਅਦ ਫੈਸਲਾ ਜਿਹੜਾ ਇੱਕ ਮੁਲਜ਼ਮ ਹੁੰਦਾ, ਇੱਕ ਜਿਹੜਾ ਪੀੜਿਤ ਧਿਰ ਹੁੰਦੀ ਹੈ, ਉਹ ਦੋਨੋਂ ਆਪਣਾ ਆਪਣਾ ਪੱਖ ਰੱਖਦੇ ਆਪਣੇ ਵਕੀਲਾਂ ਦੇ ਥਰੂ, ਅਤੇ ਫਿਰ ਫੈਸਲਾ ਜਿਹੜਾ ਉਹ ਜੱਜ ਸਾਹਿਬ ਸੁਣਾਉਂਦੇ ਆ। ਇਸੇ ਤਰੀਕੇ ਨਾਲ ਜਿਹੜੀ ਸਾਡੀ ਰੂਹਾਨੀ ਅਦਾਲਤ ਅਤੇ ਅਕਾਲ ਤਖਤ ਸਾਹਿਬ, ਉਸ ਦੇ ਅੱਗੇ ਦੋਨੋਂ ਪੱਖ ਹੀ ਜਾ ਚੁੱਕੇ ਨੇ। ਹੁਣ ਫੈਸਲਾ ਪੰਜ ਸਿੰਘ ਸਾਹਿਬਾਨ ਨੇ ਕਰਨਾ, ਉਸ ਫੈਸਲੇ ਦਾ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ। ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਦੋ ਫੜ ਹੋ ਚੁੱਕਿਆ, ਠੀਕ ਉਸ ਵੇਲੇ ਕੋਰ ਕਮੇਟੀ ਹੈ ਜਿਹੜੀ, ਉਹ ਕਿਉਂ ਭੰਗ ਕਰਨ ਦੀ ਜ਼ਰੂਰਤ ਪਈ? ਦੇਖੋ, ਕੋਰ ਕਮੇਟੀ ਇਸ ਕਰਕੇ ਭੰਗ ਨਹੀਂ ਕੀਤੀ ਗਈ, ਉਹਦੇ ਵਿੱਚ ਕੁਝ ਬਦਲਾਅ ਦੀ ਲੋੜ ਸੀ, ਕਿਉਂਕਿ ਜਿਹੜੇ ਸੱਜਣ ਉਹਦੇ ਵਿੱਚੋਂ ਗਏ ਬਾਹਰ, ਉਹਨਾਂ ਨੇ ਅੱਗੇ ਜਾ ਕੇ ਇੱਕ ਆਪਣਾ ਗਰੁੱਪ ਬਣਾ ਲਿਆ, ਉਹ ਇੱਕ ਵੱਖਰੀ ਉਹਨਾਂ ਨੇ ਕਮੇਟੀ ਅਨਾਊਂਸ ਕਰ ਲਈ। ਤਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕੋਰ ਕਮੇਟੀ ਹੈ, ਉਹਦਾ ਪੁਨਰਗਠਨ ਕਰਨ ਤਾਂ ਫਿਰ ਲੋੜ ਹੈਗੀ ਸੀ, ਉਹਦੇ ਵਿੱਚ ਜਿਹੜੇ ਨਵੇਂ ਚਿਹਰੇ ਆ ਉਹਨਾਂ ਨੂੰ ਸ਼ਾਮਿਲ ਕੀਤਾ ਜਾਏਗਾ, ਜ਼ਿੰਮੇਵਾਰੀ ਦਿੱਤੀ ਜਾਏਗੀ, ਉਹ ਕੋਈ ਬਹੁਤਾ ਵੱਡਾ ਮਸਲਾ ਨਹੀਂ ਹੈਗਾ। ਉਹ ਪਾਰਟੀਆਂ ਦੇ ਵਿੱਚ ਸਮੇਂ-ਸਮੇਂ ਹੁੰਦਾ ਰਹਿੰਦਾ, ਜੇ ਕੋਈ ਸਰਕਾਰ ਦੇ ਵਿੱਚ ਤਾਂ ਕੈਬਨਿਟ ਦੇ ਵਿੱਚ ਵੀ ਬਦਲਾਅ ਹੁੰਦੇ ਰਹਿੰਦੇ, ਅਤੇ ਪਾਰਟੀ ਦਾ ਜਿਹੜਾ ਪ੍ਰਧਾਨ ਹੈ ਜਾਂ ਸੂਬੇ ਦਾ ਜਿਹੜਾ ਸਟੇਟ ਦਾ ਮੁੱਖ ਮੰਤਰੀ ਹੁੰਦਾ ਜਾਂ ਸੈਂਟਰ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਹੁੰਦਾ, ਉਹ ਆਪਣੀ ਕੈਬਨਿਟ ਦੇ ਵਿੱਚ ਜਦੋਂ ਮਰਜ਼ੀ ਰੱਦੋ ਬਦਲ ਕਰ ਸਕਦਾ। ਇਸੇ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਕੋਰ ਕਮੇਟੀ ਹੈ, ਉਹਦੇ ਵਿੱਚ ਬਦਲਾਅ ਲਈ ਜਿਹੜੇ ਅਧਿਕਾਰ ਨੇ, ਉਹ ਪਾਰਟੀ ਪ੍ਰਧਾਨ ਨੂੰ ਉਹ ਇਹਦੇ 'ਚ ਬਦਲਾਅ ਕਰ ਸਕਦੇ। ਤਾਂ ਸਰ, ਸੁਖਵੀਰ ਬਾਦਲ ਨੇ ਜਿਹੜੇ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ, ਇਸ ਉੱਤੇ ਤੁਸੀਂ ਕੀ ਕਹਿਣਾ ਚਾਹੋ? ਨਹੀਂ, ਦੇਖੋ, ਉਹ ਕੋਈ ਵੀ ਹੈ ਜਦੋਂ ਇੱਕ ਵੱਡੀ ਜ਼ਿੰਮੇਵਾਰੀ ਹੋਵੇ ਅਤੇ ਵੱਡੇ ਦੋਸ਼ਾਂ ਦਾ ਸਾਹਮਣਾ ਵੀ ਕਰ ਰਿਹਾ ਹੋਵੇ, ਤਾਂ ਹਰ ਬੰਦਾ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ। ਲੇਕਿਨ ਇਸ ਦਾ ਮਤਲਬ ਇਹ ਨਹੀਂ ਗਾ ਕਿ ਪਾਰਟੀ ਦੇ ਵਿੱਚ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਸਵਾਲ ਹੈ ਕਿ ਅਸੀਂ ਆਪਣੀ ਕੌਮ ਨੂੰ ਅਤੇ ਉਸ ਹਿੱਸੇ ਨੂੰ ਜਿਹੜਾ ਸਾਡੇ ਤੋਂ ਨਾਰਾਜ਼ ਹੈ, ਨਿਰਾਸ਼ ਹੈ, ਉਹਨੂੰ ਅਸੀਂ ਸੈਟਿਸਫਾਈਡ ਕਿਵੇਂ ਕਰੀਏ, ਉਹਨੂੰ ਸੰਤੁਸ਼ਟ ਕਿਵੇਂ ਕਰੀਏ, ਉਹਦੇ ਲਈ ਇੱਕ ਬਕਾਇਦਾ ਆਤਮ ਚਿੰਤਨ ਹੋ ਰਿਹਾ, ਉਹ ਅਸੀਂ ਕਰ ਰਹੇ ਹਾਂ। ਤਾਂ ਸਰ, ਜਿਵੇਂ ਕਿ ਜਿਹੜੀ ਚੁਣਦਾ ਕਮੇਟੀ ਦੀ ਰਿਪੋਰਟ ਆ, ਉਹ ਕਦੋਂ ਤੱਕ ਲਾਗੂ ਕੀਤੀ ਜਾਵੇ? ਦੇਖੋ, ਕਮੇਟੀ ਦੀਆਂ ਬਹੁਤ ਸਾਰੀਆਂ ਮਦਾਂ ਲਾਗੂ ਕਰ ਚੁੱਕੇ ਹਾਂ, ਆਉਣ ਵਾਲੇ ਸਮੇਂ 'ਚ ਜਿਹੜਾ ਬਾਕੀ ਹੈ, ਜਿਹੜੀ ਜਿਹੜੀ ਵੀ ਉਹਨਾਂ ਨੇ ਚੁਣਦਾ ਕਮੇਟੀ ਨੇ ਸਿਫਾਰਿਸ਼ਾਂ ਕੀਤੀਆਂ, ਉਹ ਬਹੁਤ ਜਲਦੀ ਜਿਹੜੀਆਂ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਏਗਾ। ਸ਼੍ਰੋਮਣੀ ਅਕਾਲੀ ਦਲ ਲਗਾਤਾਰ 2014 ਤੋਂ ਹਾਰਦਾ ਆ ਰਿਹਾ ਹੈ, ਇਸ ਪਿੱਛੇ ਤੁਸੀਂ ਕਿਹੜਾ ਵੱਡਾ ਕਾਰਨ ਮੰਨਦੇ ਹੋ, ਤੁਹਾਡੇ ਤੋਂ ਕੀ ਗਲਤੀਆਂ? ਉਸ ਦੇ ਵਿੱਚ ਸਭ ਤੋਂ ਵੱਡਾ ਕਾਰਨ ਤਾਂ ਇੱਕੋ ਹੀ ਹੈ ਕਿ ਲਗਾਤਾਰ ਅਸੀਂ ਸੱਤਾ ਦੇ ਵਿੱਚ ਰਹੇ, ਅਤੇ ਮੌਜੂਦਾ ਸਮੇਂ ਦੇ ਵਿੱਚ ਜਿਹੜੀਆਂ ਤਿੰਨ ਪਾਰਟੀਆਂ ਨੇ, BJP ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ, ਉਹਨਾਂ ਦੀ ਕੋਸ਼ਿਸ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਸੱਤਾ 'ਚ ਨਾ ਆਵੇ। ਸੋ ਸਾਨੂੰ ਸੱਤਾ ਦੇ ਵਿੱਚ ਇਹ ਲੋਕ ਤਾਂ ਹਰਾਉਣ 'ਤੇ ਹੀ ਰਹੇ ਨੇ, ਲੇਕਿਨ ਆਮ ਵੋਟਰ ਜਿਹੜਾ, ਅਸੀਂ ਉਹਨਾਂ ਤੱਕ ਜਿਹੜੀ ਕਨੈਕਟੀਵਿਟੀ ਹੈ, ਜਿਵੇਂ ਪਿੱਛੇ ਪੰਜਾਬ ਬਚਾਓ ਯਾਤਰਾ ਕੀਤੀ ਸੀ, ਹੁਣ ਆਉਣ ਵਾਲੇ ਸਮੇਂ 'ਚ ਕੁਝ ਪ੍ਰੋਗਰਾਮ ਹੋਰ ਲੀਕ ਰਹੇ ਹਾਂ, ਤਾਂ ਕਿ ਲੋਕਾਂ ਦੇ ਵਿੱਚ ਜਾ ਕੇ ਜਿਹੜੇ ਉਹਨਾਂ ਦੇ ਗੁੱਸੇ ਗਿਲੇ ਨੇ ਉਹ ਦੂਰ ਕੀਤੇ ਜਾਣ, ਉਹਨਾਂ ਦੀਆਂ ਆਸ਼ਾਵਾਂ ਦੀ ਪੂਰਤੀ ਲਈ ਸਹੀ ਚੰਗੇ ਕਦਮ ਉਠਾ ਸਕੀਏ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਕਰਨ ਦੀ ਲੋੜ ਹੈਗੀ ਹੈ, ਜਿਹਦੇ ਨਾਲ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਸੱਤਾ ਦੇ ਵਿੱਚ ਵੀ ਲੈ ਕੇ ਆਵਾਂਗੇ ਅਤੇ ਮਜ਼ਬੂਤ ਵੀ ਕਰਾਂਗੇ। ਇੱਕ ਸਮੇਂ ਸਰ, ਤੁਸੀਂ ਨਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਛੱਡ ਚੁੱਕੇ ਸੀ, ਤਾਂ ਮੁੜ ਹੁਣ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚੋਂ, ਤੁਹਾਡਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਛੱਡਣ ਦਾ ਕੀ ਕਾਰਨ ਸੀ, ਅਤੇ ਹੁਣ ਤੁਸੀਂ ਬਤੌਰ ਬੁਲਾਰਾ ਕਿਵੇਂ ਵਿਚਰ ਹੋ ਸ਼੍ਰੋਮਣੀ ਅਕਾਲੀ ਦਲ? ਦੇਖੋ, ਮੈਂ ਕਦੇ ਵੀ ਪਾਰਟੀ ਨਹੀਂ ਛੱਡੀ। ਸ਼੍ਰੋਮਣੀ ਅਕਾਲੀ ਦਲ ਤੋਂ ਪਹਿਲਾਂ ਮੈਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਸੀ, ਉਹ ਜ਼ਿੰਮੇਵਾਰੀਆਂ ਨਿਭਾਉਂਦਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੈਂ 2022 ਦੇ ਵਿੱਚ ਜੁਆਇਨ ਕੀਤਾ, ਅਤੇ ਉਦੋਂ ਤੋਂ ਲੈ ਕੇ ਲਗਾਤਾਰ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ, ਅਤੇ ਜਿੱਥੇ ਜਿੱਥੇ ਕੋਈ ਪਾਰਟੀ ਦੇ ਵਿੱਚ ਕੋਈ ਗਲਤੀ ਹੁੰਦੀ ਹੈ, ਉਹਦੇ 'ਚ ਕਿਵੇਂ ਸੁਧਾਰ ਕੀਤਾ ਜਾਵੇ, ਕੀ ਚੰਗੀਆਂ ਰਾਇਆਂ ਦਿੱਤੀਆਂ ਜਾਣ, ਕਿਵੇਂ ਪਾਰਟੀ ਅੱਗੇ ਵੱਧ ਸਕੇ, ਉਹਦੇ ਲਈ ਮੈਂ ਪਹਿਲਾਂ ਵੀ ਤਤਪਰ ਸੀ, ਹੁਣ ਵੀ ਹਾਂ। ਗੁਰੂ ਘਰਾਂ ਦੇ ਵਿੱਚ ਨਿਸ਼ਾਨ ਸਾਹਿਬ ਚਲਾਉਣ ਦੇ ਲਈ
ਬਸੰਤੀ ਅਤੇ ਸੁਰਮਈ ਰੰਗ ਦਾ ਹੁਕਮ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਹੈ। ਤਾਂ ਉੱਥੇ ਹੀ ਹਰਜੀਤ ਸਿੰਘ ਗਰੇਵਾਲ ਦੇ ਵੱਲੋਂ ਕਿਹਾ ਗਿਆ ਕਿ ਇਹ ਸਿੱਖਾਂ ਅਤੇ ਹਿੰਦੂਆਂ ਨੂੰ ਦੋ ਫਾੜ ਕਰਨ ਦਾ ਫੁਰਮਾਨ ਹੈ। ਇਸ ਉੱਤੇ ਸਰ ਤੁਸੀਂ ਕੀ ਦੇਖੋ, ਹਿੰਦੂ ਅਤੇ ਸਿੱਖ ਇੱਕ ਵੱਖਰੇ ਵੱਖਰੇ ਧਰਮ ਨੇ। ਹਿੰਦੂਆਂ ਦਾ ਆਪਣਾ ਧਰਮ ਹੈ, ਉਹਨਾਂ ਦੀ ਆਪਣੀ ਰਹਿਤ ਮਰਜ਼ਾਦਾ ਹੈ, ਉਹਨਾਂ ਦਾ ਆਪਣਾ ਢੰਗ ਤਰੀਕਾ ਹੈ, ਉਹਨਾਂ ਦਾ ਵੇਸ ਭੂਸ਼ਾ ਸਭ ਕੁਝ ਅਲੱਗ ਹੈ। ਸਿੱਖ ਕੌਮ ਦੀ ਅੱਡਰੀ ਹੈਸੀਅਤ, ਵੱਖਰੀ ਪਹਿਚਾਣ, ਸਾਡੇ ਵਿੱਚ ਕਨਸੈਪਟ ਵੱਖਰਾ, ਸਾਡੀ ਮਰਜ਼ਾਦਾ ਵੱਖਰੀ ਹੈ। ਸਾਡੇ ਕੋਲ ਗੁਰੂ ਗ੍ਰੰਥ ਹੈ ਜਿਹਦੇ ਅੱਗੇ ਅਸੀਂ ਨਤਮਸਤਕ ਹੁੰਦੇ ਹਾਂ, ਉਹ ਦੇਵੀ ਦੇਵਤਿਆਂ ਨੂੰ ਪੂਜਦੇ ਆ, ਉਹ ਬੁੱਤ ਪੂਜਾ ਦੇ ਵਿੱਚ ਵਿਸ਼ਵਾਸ ਰੱਖਦੇ ਆ। ਤੁਸੀਂ ਦੇਖਿਆ ਹੋਵੇਗਾ ਮੰਦਰਾਂ ਦੇ ਵਿੱਚ ਮੂਰਤੀਆਂ ਪਈਆਂ ਨੇ, ਅਤੇ ਸਾਡੇ ਵਿੱਚ ਮੂਰਤੀ ਪੂਜਾ ਲਈ ਕੋਈ ਥਾਂ ਹੀ ਨਹੀਂ ਹੈਗੀ। ਇਸ ਤਰ੍ਹਾਂ ਸਾਡਾ ਜਿਹੜਾ ਵੱਖਰਾ ਪਹਿਰਾਵਾ, ਵੱਖਰੀ ਪਹਿਚਾਣ ਹੈ, ਪੰਜ ਪਿਆਰਿਆਂ ਦਾ ਕਨਸੈਪਟ ਹੈ ਅਤੇ ਰਹਿਤ ਮਰਜ਼ਾਦਾ ਹੈ, ਅਤੇ ਪੰਜ ਪਿਆਰੇ ਜੋ ਸਾਨੂੰ ਹੁਕਮ ਕਰਦੇ ਆ ਉਹ ਸਾਡੇ ਲਈ ਇਲਾਹੀ ਹੁਕਮ ਹੁੰਦਾ ਹੈ। ਸੋ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਸਿੱਖ ਜਿਹੜਾ ਉਹ ਆਪਣੀ ਰਹਿਤ ਮਰਜ਼ਾਦਾ ਦੇ ਵਿੱਚ ਪਰਿਪੱਕ ਹੋਵੇ, ਅਤੇ ਜਿਹੜੇ ਸਾਡੇ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਜਿਹੜੇ ਰੰਗ ਨੇ ਪਹਿਲਾਂ ਤੋਂ ਤੈਅ ਨੇ, ਕੋਈ ਅੱਜ ਵੱਖਰੇ ਨਹੀਂ ਕੀਤੇ ਗਏ। ਸੋ ਹਰਜੀਤ ਗਰੇਵਾਲ ਨੂੰ ਸਿੱਖਾਂ ਦਾ ਇਤਿਹਾਸ ਪੜ੍ਹਨਾ ਚਾਹੀਦਾ, ਉਹ ਉਹਨਾਂ ਦੇ ਵੀ ਵੇਸ਼ਭੂਸ਼ਾ ਜਿਹੜੀ ਸਿੱਖਾਂ ਵਾਲੀ ਹੈ, ਪਰ ਉਹਨਾਂ ਦੇ ਵਿੱਚ ਜਿਹੜੀਆਂ ਜੋ ਉਹਨਾਂ ਦੀ ਨਿੱਤ ਮਰਾ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ ਕੰਮਕਾਜ, ਉਹ ਸਾਰੇ ਉਹ ਹਿੰਦੂਆਂ ਦੇ ਤਰੀਕੇ ਨਾਲ ਕਰਦੇ ਆ। ਸੋ ਉਹ ਉਹਨਾਂ ਨੂੰ ਆਪਣੇ ਪਰਿਵਾਰ ਵੱਲ ਵੀ ਵੇਖਣਾ ਚਾਹੀਦਾ। ਕ੍ਰਿਸਚੈਨਟੀ ਵੇਖੋ, ਸਾਨੂੰ ਜੇ ਖਤਰਾ ਹੈ ਇਸ ਵੇਲੇ, ਸਭ ਤੋਂ ਵੱਡਾ ਜਿਹੜਾ ਪੰਜਾਬ ਦੇ ਵਿੱਚ ਖਤਰਾ ਹੈ ਉਹ ਹੈਗਾ ਕ੍ਰਿਸਚਨ, ਜਿਹੜੀ ਇੱਕ ਇੱਥੇ ਕ੍ਰਿਸਚੈਨਟੀ ਜਿਹੜੀ ਹੈ ਉਹ ਸਾਡਾ ਧਰਮ ਪਰਿਵਰਤਨ ਕਰਨ 'ਤੇ ਲੱਗੀ ਹੋਈ ਹੈ, ਉਸ ਬਾਰੇ ਵੀ ਸਾਨੂੰ ਸੋਚਣ ਦੀ ਲੋੜ ਹੈ। ਹਿੰਦੂਆਂ ਨਾਲ ਸਾਡਾ ਕੋਈ ਟਕਰਾਅ ਨਹੀਂ, ਮੁਸਲਮਾਨਾਂ ਨਾਲ ਕੋਈ ਟਕਰਾਅ ਨਹੀਂ, ਈਵਨ ਇਸਾਈਆਂ ਨਾਲ ਵੀ ਕੋਈ ਟਕਰਾਅ ਨਹੀਂ, ਪਰ ਜਿਹੜਾ ਧਰਮ ਪਰਿਵਰਤਨ ਦੀ ਜਿਹੜੀ ਇੱਕ ਲਹਿਰ ਚਲਾਈ ਜਾ ਰਹੀ ਹੈ ਉਹਨੂੰ ਰੋਕਣ ਵਾਸਤੇ ਵੀ ਅਸੀਂ ਪੰਜ ਸਿੰਘ ਸਾਹਿਬਾਨ ਨੂੰ ਦੁਬਾਰਾ ਮਿਲ ਰਹੇ ਹਾਂ, ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਜਿਹੜਾ ਇੱਥੇ ਧਰਮ ਪਰਿਵਰਤਨ ਨੂੰ ਰੋਕਣ ਲਈ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂਆਂ ਦਾ ਧਰਮ ਜਿਹੜਾ ਉਹਨੂੰ ਧਰਮ ਉਹਨਾਂ ਦਾ ਪਰਿਵਰਤਨ ਕਰਵਾਇਆ ਜਾ ਰਿਹਾ ਸੀ, ਜਨੇਊ ਲਾਏ ਰਹਿ ਜਾ ਰਹੇ ਸੀ, ਅਤੇ ਉਦੋਂ ਐਡੀ ਵੱਡੀ ਕੁਰਬਾਨੀ ਕੀਤੀ, ਅਤੇ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਸਿੱਖਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਧਰਤੀ ਦੇ ਉੱਤੇ ਕਨਵਰਸ਼ਨ ਹੋ ਰਹੀ ਹੈ, ਧਰਮ ਤਬਦੀਲ ਕਰਵਾਇਆ ਜਾ ਰਿਹਾ ਲਾਲਚ ਵੱਸ ਕਰਕੇ, ਉਹਨਾਂ ਨੂੰ ਐਜੂਕੇਸ਼ਨ ਸਿਹਤ ਸਹੂਲਤਾਂ ਦੇ ਬਹਾਨੇ ਦੇ ਕੇ, ਤਾਂ ਉਹਦੇ ਉੱਤੇ ਵੀ ਅਸੀਂ ਜਿਹੜਾ ਕੇਂਦਰਿਤ ਹੋ ਰਹੇ ਹਾਂ। ਸੋ ਸਿੱਖਾਂ ਦਾ ਇੱਕ ਅਲੱਗ ਧਰਮ ਹੈ, ਨਿਆਰਾ ਪੰਥ ਹੈ, ਵੱਖਰੀ ਪਹਿਚਾਣ ਹੈ, ਵੱਖਰੀ ਵੇਸ਼ਭੂਸ਼ਾ ਹੈ, ਇਸ ਕਰਕੇ ਸਿੰਘ ਅਤੇ ਕੌਰ ਜਿਹੜਾ ਉਹਨੂੰ ਗੁਰੂ ਪਾਤਸ਼ਾਹ ਤੋਂ ਸੇਧ ਲੈਣੀ ਪੈਂਦੀ ਹੈ, ਕਿਸੇ ਵਿਅਕਤੀ ਵਿਸ਼ੇਸ਼ ਤੋਂ ਸੇਧ ਨਹੀਂ ਲੈਣੀ ਪੈਂਦੀ। ਸੋ ਗਰੇਵਾਲ ਨੂੰ ਪਹਿਲਾਂ ਸਿੱਖਾਂ ਦਾ ਇਤਿਹਾਸ ਪੜ੍ਹਨਾ ਚਾਹੀਦਾ। ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਉਪਰੰਤ ਸ਼੍ਰੋਮਣੀ ਕਮੇਟੀ ਨੇ 90 ਲੱਖ ਰੁਪਏ ਇਸ਼ਤਿਹਾਰਾਂ ਉੱਤੇ ਖਰਚ ਕੀਤੇ, ਕਿਉਂ? ਦੇਖੋ, ਜਿਹੜਾ ਇਹ ਸਾਰਾ ਮਸਲਾ ਅਕਾਲ ਤਖ਼ਤ ਸਾਹਿਬ 'ਤੇ ਪਹੁੰਚਿਆ ਹੋਇਆ, ਸ਼੍ਰੋਮਣੀ ਕਮੇਟੀ ਨੇ ਉਹਦਾ ਬਕਾਇਦਾ ਸਪਸ਼ਟੀਕਰਨ ਦਿੱਤਾ, ਉਹ ਸਪਸ਼ਟੀਕਰਨ ਜਦੋਂ ਹੁਣ ਸਾਹਮਣੇ ਆਵੇਗਾ, ਪੰਜ ਸਿੰਘ ਸਾਹਿਬਾਨ ਉਹਦੇ 'ਤੇ ਕੀ ਫੈਸਲਾ ਲੈਂਦੇ ਆ ਇਹਦਾ ਜਵਾਬ ਤਾਂ ਉਦੋਂ ਹੀ ਮਿਲ ਸਕਦਾ। ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣਾ ਕਿ ਸ਼੍ਰੋਮਣੀ ਅਕਾਲੀ ਦਲ ਮੰਨਦਾ ਕਿ ਉਹਨਾਂ ਤੋਂ ਗਲਤੀ ਹੋਈ ਹੈ? ਇਹ ਸਿਆਸੀ ਗਲਤੀ ਸੀ ਅਤੇ ਮੰਨਣੀ ਵੀ ਚਾਹੀਦੀ ਹੈ। ਜਿਵੇਂ ਕਿ ਸਰ ਤੁਸੀਂ ਕਹਿ ਰਹੇ ਹੋ ਵੀ ਇਹ ਸਿਆਸੀ ਗਲਤੀ ਹੈ, ਕਿ ਇਸਦਾ ਖਮਿਆਜਾ ਸ਼੍ਰੋਮਣੀ ਅਕਾਲੀ ਦਲ ਨੂੰ SGPC ਚੋਣਾਂ ਦੇ ਵਿੱਚ ਭੁਗਤਣਾ ਪੈ ਸਕਦਾ? ਦੇਖੋ, ਪਹਿਲਾਂ ਵੀ ਬਹੁਤ ਭੁਗਤ ਚੁੱਕੇ ਹਾਂ, ਪਰ ਹੁਣ ਅਸੀਂ ਮੌਜੂਦਾ ਸਮੇਂ ਦੇ ਵਿੱਚ ਬਹੁਤ ਕੁਝ ਉਹ ਕਰਨ ਜਾ ਰਹੇ ਹਾਂ ਜਿਸ ਦੇ ਨਾਲ ਜਿਹੜਾ ਪਿਛਲਾ ਜਿਹੜਾ ਇੱਕ ਘਟਨਾਕ੍ਰਮ ਵਾਪਰਿਆ ਉਸ ਤੋਂ ਅੱਗੇ ਇੱਕ ਅੱਛੀ ਸੇਧ ਲੈ ਕੇ ਚੰਗੇ ਤਰੀਕੇ ਦੇ ਨਾਲ ਅੱਗੇ ਵਿਚਰ ਸਕੀਏ, ਉਹਦੇ ਲਈ ਅਸੀਂ ਜਦੋਜਹਿਦ ਕਰ ਰਹੇ ਹਾਂ। ਇੱਕ UP ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਇੱਕ SHO ਨੇ ਪਲੀਆ ਇਲਾਕੇ ਦੇ ਵਿੱਚ ਸਿੱਖਾਂ ਨੂੰ ਅੱਤਵਾਦੀ ਕਹਿ ਦਿੱਤਾ, ਇਸ ਉੱਤੇ ਉਹਨਾਂ ਦੇ ਵੱਲੋਂ ਇੱਕ ਵਿਵਾਦਿਤ ਬਿਆਨ ਹੈ ਜਿਹੜਾ ਉਹ ਦਿੱਤਾ ਗਿਆ, ਇਸ ਨੂੰ ਤੁਸੀਂ ਕਿਵੇਂ ਦੇਖਦੇ? ਇਹ ਮਾਨਸਿਕਤਾ ਹੈ, ਇਕੱਲਾ ਇੱਕ SHO ਦੀ ਗੱਲ ਨਹੀਂ ਹੈਗੀ, ਬਹੁਤ ਸਾਰਾ ਮੀਡੀਆ
ਉਹ ਵੀ ਸਾਨੂੰ ਅੱਤਵਾਦੀ ਵੱਖਵਾਦੀ ਦਹਿਸ਼ਤਗਰਦ ਐਕਸਟ੍ਰੀਮਿਸਟ ਕਹਿੰਦਾ। ਸੋ ਇਹ ਜਿੰਨੀ ਦੇਰ ਤੱਕ ਉੱਤੋਂ ਨੀਤ ਅਤੇ ਨੀਤੀ ਉਹਦੇ ਵਿੱਚ ਬਦਲਾਅ ਨਹੀਂ ਹੁੰਦਾ ਸਿੱਖਾਂ ਪ੍ਰਤੀ, ਮਨਿਓਰਟੀ ਪ੍ਰਤੀ, ਘੱਟ ਗਿਣਤੀ ਕੌਮਾਂ ਪ੍ਰਤੀ, ਉਦੋਂ ਤੱਕ ਇਹ SHO ਵਰਗੇ ਕਈ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿਣਗੇ। ਤੁਹਾਨੂੰ ਪਤਾ ਹੋਵੇਗਾ ਕਿ ਇੱਕ IPS ਨੂੰ ਜਿਹੜਾ ਖਾਲਿਸਤਾਨੀ ਵੀ ਦੱਸਿਆ ਗਿਆ ਸੀ। ਸੋ ਇਹ ਸਮੇਂ ਸਮੇਂ ਇਹੋ ਜਿਹੀਆਂ ਹਰਕਤਾਂ ਕਰਨ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਇਹਨਾਂ ਗੱਲਾਂ ਤੋਂ ਬਾਜ਼ ਆਉਣਾ ਚਾਹੀਦਾ ਅਤੇ ਬਕਾਇਦਾ ਜਿਹੜੀਆਂ ਘੱਟ ਗਿਣਤੀ ਕੌਮਾਂ ਨੇ ਜਿਨ੍ਹਾਂ 'ਚ ਸਿੱਖ ਕੌਮ ਆਉਂਦੀ ਹੈ ਉਹਦੀ ਸੁਰੱਖਿਆ, ਉਹਦੀ ਇੱਜ਼ਤ, ਉਹਦੀ ਆਣ ਮਾਣ ਅਤੇ ਸ਼ਾਨ ਦੇ ਲਈ ਜੋ ਵੀ ਚੰਗੇ ਕਦਮ ਕੇਂਦਰ, ਹਕੂਮਤ, ਰਾਜ ਸਰਕਾਰਾਂ ਉਠਾ ਸਕਦੀਆਂ ਉਹਨਾਂ ਨੂੰ ਉਠਾਉਣੇ ਚਾਹੀਦੇ। ਸਾਡੇ ਅੱਜ ਦੇ ਪ੍ਰੋਗਰਾਮ ਕਟਹਿਰੇ ਦੇ ਵਿੱਚ ਸਿਆਸਤਦਾਨ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮੌਜੂਦ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ। ਸਰ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਹੀ ਵਧੀਆ ਲੱਗਿਆ। ਧੰਨਵਾਦ।